ਅੱਜ ਸਾਬਤ ਸੂਰਤ ਸਿਨੇਮਾ ਵਰਲਡ ਵੱਲੋਂ ਅਸੀਂ ਬਿੱਲਾ ਭਾਜ ਦੇ ਸਹਿਯੋਗ ਨਾਲ ਇਹਨਾਂ ਦੀ ਅਗਵਾਈ ਹੇਠ ਦਿੱਲੀ ਆਏ ਹਾਂ ਕਿਉਂਕਿ ਕਾਫੀ ਦੇਰ ਤੋਂ ਅਸੀਂ ਸੋਚ ਰਹੇ ਸੀਗੇ ਕਿ ਜਿਹੜਾ ਐਡਾ ਵੱਡਾ ਮੋਰਚਾ ਲੱਗਿਆ ਹੋਇਆ ਕਿਸਾਨ ਮੋਰਚਾ ਇਹਦੀ ਹਮਾਇਤ ਕੀਤੀ ਜਾਵੇ। ਹਮਾਇਤ ਅਸੀਂ ਵੈਸੇ ਵੀ ਕਰ ਰਹੇ ਸੀਗੇ ਕਿਉਂਕਿ ਆਪਣੀਆਂ ਵੀਡੀਓਜ਼ ਅਸੀਂ ਪਰਸਨਲੀ ਪਾ ਕੇ ਜਾਂ ਕੋਈ ਫੰਕਸ਼ਨ ਹੋਏ ਜਿੱਥੇ ਵੀ ਸਾਨੂੰ ਗੈਦਰਿੰਗ ਮਿਲਦੀ ਸੀ ਉੱਥੇ ਅਸੀਂ ਕਨਵਿੰਸ ਕਰਾਉਂਦੇ ਸੀ ਲੋਕਾਂ ਨੂੰ ਕਿ ਜਿਹੜੀ ਕਿਸਾਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਕਿਉਂਕਿ ਸਰਕਾਰਾਂ ਬਹੁਤ ਜ਼ੁਲਮ ਕਰ ਰਹੀਆਂ। ਤਿੰਨ ਜਿਹੜੇ ਖਾਸ ਕਾਨੂੰਨੀ ਬਿੱਲ ਲਿਆਂਦੇ ਇਹਨਾਂ ਨੇ ਉਹ ਕਾਲੇ ਕਾਨੂੰਨ ਉਹਨਾਂ ਨੂੰ ਕਿਹਾ ਕਿਉਂ ਕਿਹਾ ਜਾਂਦਾ ਕਿਉਂਕਿ ਉਹਦੇ ਨਾਲ ਕਿਸਾਨੀ ਬਿਲਕੁਲ ਖਤਮ ਹੋ ਜਾਣੀ, ਕਿਸਾਨਾਂ ਦੀ ਜ਼ਮੀਨਾਂ ਖਤਮ ਹੋ ਜਾਣੀਆਂ ਸੀ, ਮੰਡੀਆਂ ਖਤਮ ਹੋ ਜਾਣੀਆਂ ਸੀ, ਸਾਡੇ ਆੜ੍ਹਤੀ ਖਤਮ ਹੋ ਜਾਣੇ ਸੀ। ਸੋ ਅਸੀਂ ਇਹ ਸੋਚਿਆ ਕਿ ਇੱਕ ਸਾਡੀ ਜਿਹੜੀ ਸੰਸਥਾ ਸਾਬਤ ਸੂਰਤ ਸਿਨੇਮਾ ਵਰਲਡ ਇਹਦੇ ਵੱਲੋਂ ਅਸੀਂ ਅੱਜ ਸਾਰੇ ਕੋਈ 40 ਦੇ ਕਰੀਬ ਨੌਜਵਾਨ ਅਸੀਂ ਦਿੱਲੀ ਆਏ ਹਾਂ। ਇੱਥੇ ਬਾਰਡਰ 'ਤੇ ਆ ਕੇ ਅਸੀਂ ਸਾਰਿਆਂ ਨੂੰ ਮਿਲੇ ਹਾਂ, ਸਾਰੇ ਕਿਸਾਨ ਨੇਤਾਵਾਂ ਨਾਲ ਸਾਡੀ ਗੱਲਬਾਤ ਵੀ ਹੋਈ ਹੈ ਅਤੇ ਬਹੁਤ ਮੁਤਾਸਰ ਹੋਏ ਹਾਂ ਅਸੀਂ ਦੇਖ ਕੇ ਕਿ ਬਹੁਤ ਹੀ ਯੋਜਨਾਬੱਧ ਢੰਗ ਨਾਲ ਬਹੁਤ ਹੀ ਪੀਸਫੁਲੀ ਇਹ ਅੰਦੋਲਨ ਚੱਲ ਰਿਹਾ। ਦਰਅਸਲ ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਹੈ ਇਸ ਅੰਦੋਲਨ ਨੂੰ ਫੇਲ ਕਰਨ ਦੀ, ਇਹਨੂੰ ਹਿੰਸਾ ਵੱਲ ਮੋੜਨ ਦੀ, ਕਿਉਂਕਿ 26 ਜਨਵਰੀ ਸਾਰਿਆਂ ਨੂੰ ਯਾਦ ਹੈ ਕਿ ਉਸ ਦਿਨ ਕੀ ਹੋਇਆ ਸੀ ਅਤੇ ਕਿਉਂ ਹੋਇਆ ਸੀ। ਪਰ ਬੱਲੇ ਅਸ਼ਕੇ ਸਾਡੇ ਇਹਨਾਂ ਕਿਸਾਨ ਵੀਰਾਂ ਦੇ, ਇਹਨਾਂ ਨੌਜਵਾਨਾਂ ਦੇ ਜਿਨ੍ਹਾਂ ਨੇ ਸਰਕਾਰ ਦੀ ਚਾਲ ਨੂੰ ਸਮਝਿਆ ਅਤੇ ਬਿਲਕੁਲ ਜ਼ਾਬਤੇ 'ਚ ਰਹਿ ਕੇ ਅੱਜ ਤੱਕ ਆਪਣਾ ਇਹ ਸਫਲਤਾਪੂਰਵਕ ਮੋਰਚਾ ਚਲਾ ਰਹੇ ਹਨ। ਦੂਜੀ ਗੱਲ ਜਿਹੜੀ ਇੱਥੇ ਆ ਕੇ ਮੈਂ ਦੇਖੀ ਹੈ ਕਿ ਜਿੱਥੇ ਕਿਸਾਨੀ ਮੋਰਚੇ ਦੇ ਝੰਡੇ ਲੱਗੇ ਹੈ, ਖਾਲਸਾਈ ਝੰਡੇ ਲੱਗੇ ਹੈ, ਉੱਥੇ ਤਿਰੰਗਾ ਚਲਣ ਝੰਡਾ ਵੀ ਬਹੁਤ ਜਗ੍ਹਾ 'ਤੇ ਲਹਿਰਾ ਰਿਹਾ। ਦੇਖ ਕੇ ਬੜੀ ਖੁਸ਼ੀ ਹੋਈ ਹੈ ਕਿਉਂਕਿ ਜਿਹੜੇ ਲੋਕ ਸਾਨੂੰ ਚਾਹੁੰਦੇ ਸੀ ਇਹ ਸਾਬਤ ਕਰਨਾ ਕਿ ਇਹ ਖਾਲਿਸਤਾਨੀ ਨੇ, ਇਹ ਦੇਸ਼ ਤੋਂ ਵੱਖ ਹੋਣਾ ਚਾਹੁੰਦੇ ਨੇ, ਉਹਨਾਂ ਦੇ ਮੂੰਹ 'ਤੇ ਬੜੀ ਵੱਡੀ ਚਪੇੜ ਹੈ ਜਦੋਂ ਇੱਥੇ ਕਿਸਾਨ ਮੋਰਚੇ ਜਿੰਨੀਆਂ ਟਰਾਲੀਆਂ 'ਚ ਘਰ ਬਣੇ ਹੋਏ ਆ ਜਿੱਥੇ ਲੋਕ ਰਹਿੰਦੇ ਆ ਉੱਥੇ ਤਿਰੰਗਾ ਝੰਡਾ ਵੀ ਝੂਲ ਰਿਹਾ। ਸੋ ਕਿਸਾਨ ਵੀਰ ਇਸ ਲਈ ਵਧਾਈ ਦੇ ਪਾਤਰ ਨੇ। ਮੈਂ ਸਰਕਾਰ ਨੂੰ ਇਹ ਅਪੀਲ ਕਰਨੀ ਚਾਹਾਂਗਾ ਕਿ ਹੁਣ ਇਹ ਦਮਨ ਚੱਕਰ ਬੰਦ ਕਰ ਦਿਓ। ਤੁਸੀਂ ਬਹੁਤ ਲਮਕਾ ਕੇ ਦੇਖ ਲਿਆ, 11 ਮੀਟਿੰਗਾਂ ਤੁਸੀਂ ਕੀਤੀਆਂ ਸਾਡੇ ਕਿਸਾਨ ਯੋਧਿਆਂ ਨਾਲ ਅਤੇ ਹਰ ਮੀਟਿੰਗ 'ਚ ਤੁਹਾਨੂੰ ਉਹਨਾਂ ਨੇ ਨਿਰੁੱਤਰ ਕੀਤਾ। ਤੁਹਾਡੇ ਮੰਤਰੀ ਕਦੀ ਫੋਨ ਲੈ ਕੇ ਬਾਹਰ ਨੂੰ ਚਲ ਜਾਂਦੇ ਸੀ ਵੀ ਅਸੀਂ ਹੁਣੇ ਤੁਹਾਨੂੰ ਦੱਸਦੇ ਹਾਂ, ਜਾਂ ਕਹਿੰਦੇ ਸੀ ਅਸੀਂ ਦੁਪਹਿਰ ਤੋਂ ਬਾਅਦ ਗੱਲ ਕਰਦੇ ਹਾਂ, ਜਾਂ ਫਿਰ ਕੋਈ ਅਗਲੀ ਤਰੀਕ ਲੈ ਲੈਂਦੇ ਸੀ। ਇਹਦਾ ਮਤਲਬ ਕਿ ਉਹਨਾਂ ਕੋਲ ਸਾਡੇ ਕਿਸਾਨ ਯੋਧਿਆਂ ਦੀ ਗੱਲਬਾਤ ਦਾ ਕੋਈ ਜਵਾਬ ਨਹੀਂ ਸੀ ਅਤੇ ਉਹਨਾਂ ਨੂੰ ਪਤਾ ਕਿ ਅਸੀਂ ਗਲਤ ਹਾਂ। ਫਿਰ ਵੀ ਪਤਾ ਨਹੀਂ ਕਿਉਂ ਸਰਕਾਰ ਆਪਣੀ ਇਸ ਅੜੀ 'ਤੇ ਕਾਇਮ ਹੈ। ਮੈਂ ਇੱਕ ਵਾਰੀ ਫਿਰ ਬੇਨਤੀ ਕਰਾਂਗਾ ਸਰਕਾਰ ਨੂੰ ਕਿ ਇਹ ਤਿੰਨੋਂ ਕਾਲੇ ਕਾਨੂੰਨ ਵਾਪਸ ਲਓ ਤਾਂ ਕਿ ਇਹ ਨੌਜਵਾਨ, ਇਹ ਸਾਡੇ ਕਿਸਾਨ ਵੀਰ ਆਪੋ ਆਪਣੇ ਘਰ ਜਾ ਕੇ ਆਪਣਾ ਆਪਣੇ ਧੰਦਿਆਂ 'ਚ ਲੱਗਣ ਅਤੇ ਸਾਰੀ ਦੁਨੀਆ ਵਾਸਤੇ ਜਿਹੜਾ ਅਨਾਜ ਪੈਦਾ ਕਰਦੇ ਨੇ ਉਹਨਾਂ ਦੇ ਉਹਨਾਂ ਨੂੰ ਖੁਸ਼ਹਾਲੀ ਮਿਲੇ। ਥੈਂਕ ਯੂ। ਮੈਂ ਬਿੱਲਾ ਭਾਅ ਜੀ ਨੂੰ ਬੇਨਤੀ ਕਰਾਂਗਾ ਕਿ ਬਿੱਲਾ ਭਾਅ ਜੀ ਵੀ ਆਪਣੇ ਵਿਚਾਰ ਪ੍ਰਗਟ ਕਰਨ। ਸਾਬਤ ਸੂਰਤ ਸਿਨੇਮਾ ਵਰਲਡ ਦੇ ਅਸੀਂ ਜਿੰਨੇ ਵੀ ਇੱਥੇ ਜੀ ਆਏ ਹਾਂ ਸਾਰੇ ਸਾਬਤ ਸੂਰਤ ਨੇ, ਅਤੇ ਸਾਬਤ ਸੂਰਤ ਰਹਿਣ ਦਾ ਮਕਸਦ ਵੀ ਹੈ ਕਿ ਅਸੀਂ ਗੁਰੂ ਦੇ ਆਸ਼ੇ ਅਨੁਸਾਰ ਆਪਣੇ ਜੀਵਨ ਬਿਤਾਉਂਦੇ ਹਾਂ। ਅਤੇ ਜਦੋਂ ਕਿਸਾਨੀ ਮੋਰਚੇ ਦੀ ਗੱਲ ਹੁੰਦੀ ਹੈ ਤਾਂ ਪੂਰਨ ਤੌਰ 'ਤੇ ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਉੱਤੇ ਕਿਸਾਨੀ ਸੰਘਰਸ਼ ਚੱਲ ਰਿਹਾ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੰਤ ਸਿਪਾਹੀ ਬਣਾਇਆ, ਔਰ ਅਕਸਰ ਇਹਨਾਂ ਨੂੰ ਸਰਕਾਰਾਂ ਨੂੰ ਇਹੀ ਰਹਿੰਦਾ ਸੀਗਾ ਵੀ ਇਹ ਸ਼ਾਇਦ ਤਲਵਾਰਾਂ ਨਾਲ ਹੀ ਜੰਗਾਂ ਲੜਨਾ ਜਾਣਦੇ ਸੀਗੇ। ਸੋ ਜੋ ਸੰਤ ਪੱਖ ਹੈ ਉਹ ਇੱਥੇ ਮੋਰਚੇ ਦੇ ਵਿੱਚ ਆ ਕੇ ਪਤਾ ਲੱਗਦਾ ਕਿ ਜੋ ਸੰਤ ਪੱਖ ਹੈ, ਜੋ ਅਸੀਂ ਸ਼ਾਂਤਮਈ ਢੰਗ ਨਾਲ ਵੀ ਅਸੀਂ ਮੋਰਚੇ ਜਿੱਤਦੇ ਹਾਂ। ਹਾਲਾਂਕਿ ਜੇ ਜਿੱਦਿਆਂ ਵੀ ਮਹਾਰਾਜ ਨੇ ਜੰਗਾਂ ਲੜੀਆਂ ਉਹ ਜਿੱਤੀਆਂ ਨੇ, ਅਤੇ ਸ਼ਾਂਤਮਈ ਢੰਗ ਨਾਲ ਵੀ ਅੱਜ ਜਿਹੜੀ ਵੀ ਜੰਗ ਅਸੀਂ ਲੜ ਰਹੇ ਹਾਂ, ਔਰ ਪੂਰਨ ਤੌਰ 'ਤੇ ਨਿਸ਼ਚੈ ਹੈ ਸਾਨੂੰ ਕਿ ਸਾਡਾ ਮੋਟੋ ਵੀ ਇਹੀ ਹੈ ਵੀ ਨਿਸ਼ਚੈ ਕਰ ਆਪਣੀ ਜੀਤ ਕਰੋ, ਅਸੀਂ ਇਹ ਜਿੱਤ ਕੇ ਹੀ ਜਾਵਾਂਗੇ। ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਕਿ ਜਦੋਂ ਪੁਰਾਣੇ ਜਿਹੜੇ ਰਾਜੇ ਮਹਾਰਾਜੇ ਸੀਗੇ ਜਿੱਦਾਂ ਵਿਕਰਮਜੀਤ ਅਤੇ ਮਹਾਰਾਜਾ ਰਣਜੀਤ ਸਿੰਘ ਆਪਣੀ ਪ੍ਰਜਾ ਨੂੰ ਇੱਕ ਬੱਚਾ ਸਮਝਦੇ ਹੁੰਦੇ ਸੀਗੇ, ਔਰ ਜਦੋਂ ਇਹਨਾਂ ਨੂੰ ਜਦੋਂ ਲੱਗਣਾ ਕਿ ਸ਼ਾਇਦ ਜਨਤਾ ਨੂੰ ਕੋਈ ਤਕਲੀਫ਼ ਹੈ ਤਾਂ ਰਾਤ ਦੇ ਹਨੇਰੇ ਵਿੱਚ ਭੇਸ ਬਦਲ ਕੇ ਉਹ ਜਾ ਕੇ ਜਨਤਾ ਦੀ ਤਕਲੀਫਾਂ ਸੁਣਦੇ ਹੁੰਦੇ ਸੀ, ਔਰ ਜੇ ਉਹ ਉਦੋਂ ਤੱਕ ਰੋਟੀ ਨਹੀਂ ਸੀ ਖਾਂਦੇ ਜਦੋਂ ਤੱਕ ਉਹਨਾਂ ਨੂੰ ਉਹਨਾਂ ਦੀ ਤਕਲੀਫ਼ ਨਹੀਂ ਸੀ ਦੂਰ ਕਰ ਸਕੇ। ਇੱਥੇ 200 ਬੰਦਾ ਸ਼ਹੀਦ ਹੋ ਗਿਆ, ਫਿਰ ਵੀ ਇਹਨਾਂ ਦੇ ਕੰਨ 'ਤੇ ਜੂੰ ਤੱਕ ਨਹੀਂ ਸਰਕੀ। ਸੋ ਮੈਨੂੰ ਇਹ ਲੱਗਦਾ ਵੀ ਮੋਦੀ ਸਾਹਿਬ ਨੂੰ ਇਹ ਵਾਰ ਵਾਰ ਸੋਚਣਾ ਚਾਹੀਦਾ ਕਿ ਤੁਹਾਡੀ ਜਿਹੜੀ ਪ੍ਰਜਾ ਹੈ ਉਹ ਇਸ ਟਾਈਮ ਦੁਖੀ ਹੈ, ਔਰ ਜਿਹੜਾ ਕਾਨੂੰਨ ਤੁਸੀਂ ਥੋਪਣਾ ਚਾਹੁੰਦੇ ਹੋ ਨਹੀਂ ਚਾਹੁੰਦੇ ਉਸ ਕਾਨੂੰਨ ਨੂੰ ਤਾਂ ਉਹਨੂੰ ਜ਼ਬਰਦਸਤੀ ਨਾ ਥੋਪਿਆ ਜਾਵੇ, ਇਸ ਕਾਨੂੰਨ ਨੂੰ ਛੇਤੀ ਤੋਂ ਛੇਤੀ ਰੱਦ ਕੀਤਾ ਜਾਵੇ। ਜਿੱਤ 'ਤੇ ਅਸੀਂ ਜਾਣਾ ਹੀ ਹੈ, ਪੱਕਾ ਪਤਾ ਹੈ। ਜਿਸ ਤਰੀਕੇ ਨਾਲ ਅਸੀਂ ਡਿਸਪਲਿਨ ਨਾਲ ਇਹ ਵਧਾਈ ਦੇ ਪਾਤਰ ਨੇ ਸੰਯੁਕਤ ਮੋਰਚੇ ਵਾਲੇ ਜਿਹੜੇ ਬਹੁਤ ਤਰੀਕੇ ਨਾਲ ਡਿਸਪਲਿਨ, ਔਰ ਇਸਨੇ
ਗੁਰੂ ਨਾਨਕ ਪਾਤਸ਼ਾਹ ਦੀ ਫਿਲੋਸਫੀ ਨੂੰ ਪੂਰੇ ਵਰਲਡ ਲੈਵਲ 'ਤੇ ਪਹੁੰਚਾਇਆ। ਇੰਨਾ ਹੀ ਕਹਿੰਦਾ ਮੈਂ, ਫਿਰ ਇੱਕ ਵਾਰੀ ਕਹਾਂਗੇ, ਅਸੀਂ ਜ਼ਰੂਰ ਜਿੱਤਾਂਗੇ। ਕਿਸਾਨ ਏਕਤਾ ਜਿੰਦਾਬਾਦ। ਅੱਜ ਅਸੀਂ ਬਿੱਲਾ ਭਾਜੀ ਦੀ ਰਹਿਨਮਾਈ ਹੇਠ ਸਾਬਤ ਸੂਰਤ ਸਿਨੇਮਾ ਵਰਲਡ ਦੇ ਸਾਰੇ ਵਲੰਟੀਅਰ ਇੱਥੇ ਕਿਸਾਨ ਮੋਰਚੇ ਦੀ ਸਪੋਰਟ ਲਈ ਆਏ ਹਾਂ। ਅਤੇ ਕਿਉਂਕਿ ਸਿਨੇਮਾ ਇਹ ਹਮੇਸ਼ਾ ਉਹ ਜਿਹੜਾ ਸੁਸਾਇਟੀ ਨੂੰ ਪ੍ਰਜੈਂਟ ਕਰਦਾ, ਸੁਸਾਇਟੀ ਦੀਆਂ ਚੰਗਿਆਈਆਂ ਬੁਰਾਈਆਂ ਨੂੰ ਪਰਦੇ 'ਤੇ ਲੈ ਕੇ ਆਉਂਦਾ, ਅਤੇ ਐਂਡ 'ਤੇ ਜਿਹੜੀ ਸੱਚਾਈ ਦੀ ਹੱਕਾਂ ਦੀ ਜਿੱਤ ਦਿਖਾਈ ਜਾਂਦੀ ਹੈ। ਅਤੇ ਇਹ ਅਸੀਂ ਜਿਹੜਾ ਅਸੀਂ ਫਰਜ਼ ਆਪਾਂ ਟੈਲੀਵਿਜ਼ਨ ਸਿਨੇਮੇ ਰਹੀ ਨਿਭਾਉਂਦੇ ਹਾਂ, ਅੱਜ ਅਸੀਂ ਪ੍ਰੈਕਟੀਕਲੀ ਵੀ ਨਿਭਾਉਣ ਵਾਸਤੇ ਆਏ ਹਾਂ, ਕਿਉਂਕਿ ਸਾਡੀ ਇੱਕ ਇਖਲਾਕੀ ਜ਼ਿੰਮੇਵਾਰੀ ਹੈ ਵੀ ਬਤੌਰ ਕਲਾਕਾਰ, ਕਿਉਂਕਿ ਕਲਾਕਾਰਾਂ ਨੂੰ ਲੋਕ ਫੋਲੋ ਕਰਦੇ ਨੇ, ਅਤੇ ਜੇ ਅਸੀਂ ਇਸ ਸਪੋਰਟ 'ਤੇ ਖੜ੍ਹੇ ਹੋਵਾਂਗੇ ਤਾਂ ਸਾਡੇ ਵੱਲ ਵੇਖ ਕੇ ਹੋਰ ਵੀ ਲੋਕਾਂ ਨੂੰ ਉਤਸ਼ਾਹ ਮਿਲੇਗਾ। ਇਹ ਸਾਡੀ ਇਖਲਾਕੀ ਜ਼ਿੰਮੇਵਾਰੀ ਹੈ, ਸਾਡਾ ਫਰਜ਼ ਵੀ ਹੈ। ਐਕਚੁਅਲੀ ਸਹੀ ਮਾਇਨੇ ਦੇ ਵਿੱਚ ਅਸੀਂ ਕਿਸਾਨ ਮੋਰਚੇ ਨੂੰ ਸਪੋਰਟ ਨਹੀਂ ਕਰ ਰਹੇ, ਅਸੀਂ ਆਪਣੇ ਆਪ ਨੂੰ ਸਪੋਰਟ ਕਰਨ ਵਾਸਤੇ ਆਏ ਹਾਂ, ਕਿਉਂਕਿ ਅਸੀਂ ਪਲੇ ਹਾਂ, ਚਾਹੇ ਅਸੀਂ ਕਿਸਾਨ ਹਾਂ, ਅਸੀਂ ਜ਼ਮੀਨ ਜਾਇਦਾਦ ਵਾਲੇ ਨਹੀਂ ਵੀ ਹੈਗੇ, ਫਿਰ ਵੀ ਅਸੀਂ ਕਣਕ ਖਾ ਕੇ ਵੱਡੇ ਹੋਏ ਹਾਂ, ਇੱਥੇ ਪਲੇ ਹਾਂ, ਇੱਥੇ ਵੱਡੇ ਹੋਏ ਹਾਂ। ਇਸ ਕਰਕੇ ਸਾਡਾ ਆਪਣਾ ਫਰਜ਼ ਹੈ, ਇਸ ਜਿਹੜਾ ਅੰਦੋਲਨ ਨੂੰ ਕਿਸਾਨ ਅੰਦੋਲਨ ਨਾਲ ਸਮਝਿਆ ਜਾਵੇ, ਹਰ ਇਨਸਾਨ ਆਪਣਾ ਅੰਦੋਲਨ ਸਮਝੇ ਕਿ ਅਸੀਂ ਆਪਣੇ ਹੱਕਾਂ ਵਾਸਤੇ, ਆਪਣੀਆਂ ਜ਼ਮੀਨਾਂ ਵਾਸਤੇ, ਆਪਣੇ ਬੱਚਿਆਂ ਦੇ ਫਿਊਚਰ ਵਾਸਤੇ ਲੜ ਰਹੇ ਹਾਂ। ਇਸ ਕਰਕੇ ਸਾਡੀ ਤਾਂ ਪੂਰੀ ਹਮਾਇਤ ਹੈ, ਅਤੇ ਅਸੀਂ ਚਾਹੁੰਦੇ ਹਾਂ ਕਿ ਹਰ ਇਨਸਾਨ, ਹਰ ਬਛਿੰਦਾ ਹਿੰਦੁਸਤਾਨ ਦਾ ਇਸ ਅੰਦੋਲਨ ਦੀ ਹਮਾਇਤ ਕਰੇ। ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਬੜਾ ਮਾਣ ਹੈ ਕਿ ਮੈਂ ਇਸ ਜਿਹੜੀ ਆਪਣੀ ਸੰਸਥਾ ਹੈ ਸਾਬਤ ਸੂਰਤ ਸਿਨੇਮਾ ਵਰਲਡ, ਇਹਦੇ ਨਾਲ ਜੁੜਿਆ, ਅਤੇ ਅੱਜ ਅਸੀਂ ਸਾਰੀ ਆਪਣੀ ਟੀਮ ਲੈ ਕੇ ਇੱਥੇ ਦਿੱਲੀ ਸਿੰਘੂ ਬਾਰਡਰ ਆਏ ਹਾਂ, ਤਾਂ ਕਿ ਆਪਣੇ ਕਿਸਾਨ ਭਰਾਵਾਂ ਨੂੰ ਆਪਣਾ ਸਾਥ ਦੇ ਸਕੀਏ, ਉਹਨਾਂ ਨੂੰ ਵੀ ਹੌਸਲਾ ਹੋਵੇ ਵੀ ਸਾਰੇ ਉਹਨਾਂ ਦੇ ਨਾਲ ਹੈਗੇ, ਭਾਵੇਂ ਕਲਾਕਾਰ ਹੈ ਭਾਵੇਂ ਜੋ ਵੀ ਹੈ। ਅਤੇ ਕਿਸਾਨਾਂ ਦੀ ਜੋ ਵੀ ਇਹ ਚੱਲ ਰਿਹਾ ਅੰਦੋਲਨ, ਜਿਸ ਤਰੀਕੇ ਨਾਲ ਚੱਲ ਰਿਹਾ ਔਰ ਬਹੁਤ ਤਰੀਕੇ ਨਾਲ ਬਹੁਤ ਸ਼ਾਂਤੀਮਈ ਚੱਲ ਰਿਹਾ ਹੈਗਾ, ਔਰ ਮੈਂ ਮੋਦੀ ਸਾਹਿਬ ਨੂੰ ਅਪੀਲ ਜ਼ਰੂਰ ਕਰਾਂਗਾ ਕਿ ਬਾਈ ਮੋਦੀ, ਛੱਡ ਦੇ ਆਪਣਾ ਹੰਕਾਰ, ਟੁੱਟਣਾ ਤਾਂ ਹੈਗਾ ਹੀ ਹੈ, ਕਿਉਂਕਿ ਪੰਜਾਬੀਆਂ ਨਾਲ ਜਿਹੜਾ ਪੰਗੇ ਲੈਂਦਾ ਉਹ ਝੁਕਦਾ ਹੀ ਹੈ, ਅਤੇ ਪੰਜਾਬੀ ਹਮੇਸ਼ਾ ਜਿੱਤਦੇ ਆ, ਜਿੱਤਦੇ ਆਏ ਆ, ਜਿੱਤਦੇ ਰਹਿਣਗੇ। ਹੋਰ ਦੇਰੀ ਨਾ ਕਰੇ, ਕਿਉਂ ਕਿਸਾਨਾਂ ਨੂੰ ਉਹਨੇ ਤੰਗ ਕੀਤਾ ਹੋਇਆ, ਕਿਸਾਨਾਂ ਨੇ ਵਾਪਸ ਜਾਣਾ, ਆਪਣੇ ਕੰਮ ਕਰਨੇ ਆ, ਵਾਢੀਆਂ ਕਰਨੀਆਂ। ਅਤੇ ਮੇਰੀ ਤਾਂ ਇਹੀ ਅਪੀਲ ਹੈ ਸਰਕਾਰ ਨੂੰ ਕਿ ਬਾਈ ਬਸ ਕਰੋ, ਹੁਣ ਬਹੁਤ ਹੋ ਗਿਆ, ਇਹ ਜਿਹੜੇ ਕਾਲੇ ਕਾਨੂੰਨ ਹੈ ਇਹਨਾਂ ਦਾ ਕੋਈ ਫਾਇਦਾ ਨਹੀਂ, ਕਿਸਾਨਾਂ ਨੇ ਤੁਹਾਨੂੰ ਸਮਝਾ ਦਿੱਤਾ, ਅਤੇ ਤੁਸੀਂ ਸਮਝਣਾ ਇਸ ਗੱਲ ਨੂੰ, ਛੇਤੀ ਸਮਝ ਲਓ, ਚੰਗੀ ਗੱਲ, ਕੱਲ੍ਹ ਨੂੰ ਵੀ ਸਮਝਣਾ, ਅੱਜ ਸਮਝ ਲਓ। ਅਤੇ ਆਪਣੇ ਕਿਸਾਨ ਭਰਾਵਾਂ ਨੂੰ ਵੀ ਮੈਂ ਮੁਬਾਰਕ ਦਿੰਦਾ ਕਿ ਜਿਸ ਤਰ੍ਹਾਂ ਉਹਨਾਂ ਨੇ ਅੰਦੋਲਨ ਨੂੰ ਸੰਚਾਲਿਤ ਕੀਤਾ ਇਹਨੇ ਤਰੀਕੇ ਨਾਲ, ਔਰ ਜਿੰਨੀ ਕਿਰਪਾ ਰਹੀ ਹੈ ਗੁਰੂ ਮਹਾਰਾਜ ਦੀ ਕਿ ਕਿਸੇ ਗੱਲ ਦੀ ਤੋਟ ਨਹੀਂ ਆਈ, ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਇਹਦੇ ਵਿੱਚ ਪਾੜ ਪਾਉਣ ਦੀ ਜਾਂ ਪੰਗੇ ਪਾਉਣ ਦੀ, ਬਟ ਨਹੀਂ, ਕਿਉਂਕਿ ਉੱਪਰ ਗੁਰੂ ਮਹਾਰਾਜ ਹੈਗੇ, ਗੁਰੂ ਨਾਨਕ ਦੇਵ ਜੀ ਦਾ ਚਲਾਇਆ ਸਾਰਾ ਕੁਛ ਇੱਥੇ ਚੱਲ ਰਿਹਾ, ਉਹ ਬਹੁਤ ਸੋਹਣੇ ਤਰੀਕੇ ਨਾਲ ਚੱਲ ਰਿਹਾ। ਅਤੇ ਬਸ ਇਹੀ ਅਪੀਲ ਹੈ ਕਿ ਬਾਈ ਮੋਦੀ ਜੀ ਬਸ ਕਰੋ, ਬਹੁਤ ਹੋ ਗਿਆ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਕਿ ਸੰਨੀ ਭਾਅ ਜੀ ਨੇ ਦੱਸਿਆ ਵੀ ਤਿੰਨ ਕਾਲੇ ਕਾਨੂੰਨ ਸਰਕਾਰ ਨੂੰ ਇਹਨਾਂ ਨੇ ਗੁਜ਼ਾਰਿਸ਼ ਕੀਤੀ ਕਿ ਬੰਦ ਰੱਦ ਕਰੋ, ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਇਹ ਤਿੰਨੇ ਕਾਲੇ ਕਾਨੂੰਨਾਂ 'ਚ ਕਾਲਾ ਕੀ ਹੈ। ਅਤੇ ਮੈਨੂੰ ਤਾਂ ਇਹ ਯਕੀਨ ਹੋ ਗਿਆ ਹੁਣ ਕਿ ਸਰਕਾਰਾਂ ਨੂੰ ਸਮਝ ਨਹੀਂ ਹੈ, 11 ਵਾਰ ਦੀ ਦੌਰ ਮੀਟਿੰਗ ਕਰ ਚੁੱਕੇ ਹੈ, 11 ਵਾਰ ਸਮਝਾ ਚੁੱਕੇ, ਬੰਦੇ ਨੂੰ ਤਾਂ ਇੱਕ ਵਾਰੀ ਸਮਝਾ ਦਿਓ ਤਾਂ ਸਮਝ ਆ ਜਾਂਦੀ ਹੈ, ਇਹਨਾਂ ਨੂੰ 11 ਵਾਰ ਸਮਝਾ ਚੁੱਕੇ ਹੈ, ਇੱਕ ਇੱਕ ਡਿਟੇਲ ਦੱਸ ਦਿੱਤੀ ਹੈ, ਇਹਨਾਂ ਨੂੰ ਸਮਝ ਨਹੀਂ ਆ ਰਿਹਾ। ਇਹਦਾ ਮਤਲਬ ਵੀ ਸਾਰਿਆਂ ਨੇ ਮਿਲ ਕੇ ਜਿਹੜੀ ਸਰਕਾਰ ਜਿਹੜੀ ਚੁਣ ਲਈ ਸੀਗੀ ਨਾ, ਨਾ ਸਮਝ ਸਰਕਾਰ ਚੁਣ ਲਈ ਸੀਗੀ। ਅਤੇ ਸਾਨੂੰ ਇਹ ਸਾਰੀਆਂ ਚੀਜ਼ਾਂ ਦਾ ਵਾਰ ਵਾਰ ਦੱਸਣਾ, ਵਾਰ ਵਾਰ ਬੋਲਣਾ, ਉਸੇ ਚੀਜ਼ ਨੂੰ ਅਸੀਂ ਵਾਰ ਵਾਰ ਬੋਲੀ ਜਾ ਰਹੇ ਹਾਂ, ਔਰ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਵੀ ਇਹਨਾਂ 'ਚ ਕਾਲਾ ਕੀ ਹੈ। ਕਾਲਾ ਉਹੀ ਹੁੰਦਾ ਜਿਹੜਾ ਕਿ ਕਿਸੇ ਵਾਸਤੇ ਹਨੇਰਾ ਲਿਆ ਦੇਵੇ। ਇਹ ਜ਼ਮੀਨਾਂ ਖੋਣ ਦੀ ਜਾਂ ਉਹਨਾਂ ਦੇ ਹੱਕ ਖੋਣ ਦੀ, ਇਹ ਜਿੰਨਾ ਕੁਛ ਇਹ ਕਰਨ ਡੇ ਨੇ,
ਇਹ ਬਹੁਤ ਮਾੜਾ ਕੰਮ ਹੋ ਰਿਹਾ। ਅਸੀਂ ਇੱਕ ਬੰਦਾ ਗਲਤ ਕਹਿ ਸਕਦੇ ਵੀ ਉਹਨੂੰ ਸਮਝ ਨਹੀਂ ਆਈ ਹੋਈ, ਦੋ ਨੂੰ ਨਹੀਂ, ਤਿੰਨ ਨੂੰ ਨਹੀਂ, ਚਾਰ ਨੂੰ ਨਹੀਂ, ਇੱਥੇ ਲੱਖਾਂ ਦੀ ਤਾਦਾਦ 'ਚ ਪੂਰੇ ਵਰਲਡ ਦੇ ਅੰਦਰ, ਹੁਣ ਹਿੰਦੁਸਤਾਨ 'ਚ ਨਹੀਂ ਖਾਲੀ, ਪੂਰੇ ਵਰਲਡ ਦੇ ਅੰਦਰ ਇਹ ਅੰਦੋਲਨ ਚੱਲ ਰਿਹਾ ਹੈਗਾ ਵੇ। ਹਰ ਇਨਸਾਨ ਇਹ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਵਾਸਤੇ ਕਹਿ ਰਿਹਾ, ਇਹ ਕਹਿੰਦੇ ਸਾਨੂੰ ਕਾਲਾ ਹੀ ਨਹੀਂ ਇਹਨਾਂ 'ਚ ਲੱਭਦਾ, ਅਤੇ ਇਹਨਾਂ ਨੂੰ ਕਿੰਨਾ ਕੁ ਹੋਰ ਸਮਝਣਾ ਪਏਗਾ। ਕਿਸੇ ਸਮਝਦਾਰ ਬੰਦੇ ਨੂੰ ਬਿਠਾਓ ਜਿਹਨਾਂ ਨੂੰ ਕਿ ਉਹ ਕਾਲਾ ਵੀ ਨਜ਼ਰ ਆਏ, ਇਹ ਮੰਨਦੇ ਵੀ ਨੇ ਕਿ ਵੀ ਇਹ ਕਾਨੂੰਨ ਗਲਤ ਬਣ ਗਏ ਨੇ, ਪਰ ਇਹ ਹੁਣ ਕਹਿਣ ਦੇ ਕਾਬਿਲ ਨਹੀਂ ਹੈ ਵੀ ਇਹਨਾਂ ਕੋਲ ਬਣ ਤੇ ਗਏ ਨੇ, ਸਿਰਫ ਇਹਨਾਂ ਦੀ ਆਪਣੀ ਜਿਹੜੀ ਹੈ ਮੁੱਛ ਨੀਵੀਂ ਹੋ ਰਹੀ ਹੈ ਕਿ ਵੀ ਅਸੀਂ ਰੱਦ ਕਰ ਦਾਂਗੇ, ਕੱਲ੍ਹ ਨੂੰ ਦੂਜੇ ਜਣੇ ਆ ਜਾਣਗੇ, ਤੀਜੇ ਜਣੇ ਆ ਜਾਣਗੇ, ਅਤੇ ਇਸ ਕਰਕੇ ਹੈ ਮਨਾ ਕਰ ਰਹੇ ਨੇ ਕਿ ਵੀ ਅਸੀਂ ਇਹਨਾਂ ਨੂੰ ਨਹੀਂ ਮਤਲਬ ਕਿ ਰੱਦ ਕਰਾਂਗੇ। ਪਰ ਸਿੰਘ ਜਿੱਥੇ ਡਟ ਜਾਣ ਉਹਨਾਂ ਚੀਜ਼ਾਂ ਨੂੰ ਪਿੱਛੇ ਹਟਦੇ ਨਹੀਂ, ਉਹ ਕਰਕੇ ਹੀ ਹਟਣਗੇ। ਬਸ ਇਸ ਦੇ ਨਾਲ ਮੈਂ ਸ਼ਮਾ ਚਾਹਾਂਗਾ। ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਸਭ ਨੂੰ ਪਤਾ ਹੈ ਵੀ ਇਹ ਅੰਦੋਲਨ ਹੁਣ ਪੂਰੇ ਸਿਖਰਾਂ 'ਤੇ ਹੈ ਔਰ ਸਾਰੇ ਹੀ ਕਿੱਤੇ ਵਾਲਿਆਂ ਦੀ ਸਪੋਰਟ ਮਿਲ ਰਹੀ ਹੈ। ਅਸੀਂ ਸਾਬਤ ਸੂਰਤ ਸਿਨੇਮਾ ਵਰਲਡ ਵੱਲੋਂ ਇਸ ਅੰਦੋਲਨ ਨੂੰ ਪੂਰੀ ਸਪੋਰਟ ਦੇ ਰਹੇ ਹਾਂ। ਇੱਕ ਛੋਟੀ ਜਿਹੀ ਪੋਇਮ ਲਿਖੀ ਹੈ ਜਿਹੜੀ ਕਿ ਤੁਹਾਨੂੰ ਸਾਰਿਆਂ ਨੂੰ ਬੜੀ ਪਸੰਦ ਆਊਗੀ। ਚੁੱਕ ਕੇ ਵਾਹਨ ਪਹੁੰਚ ਗਏ ਦਿੱਲੀ, ਹੁਣ ਸਰਕਾਰ ਪਈ ਹੈ ਹਿੱਲੀ, ਗੱਲ ਹੁਣ ਕਰਨੀ ਨਹੀਂ ਕੋਈ ਢਿੱਲੀ, ਜਿੱਤ ਦੇ ਜਸ਼ਨ ਮਨਾਵਾਂਗੇ, ਕੁਝ ਪਲ ਹੋਰ ਨੇ ਬਾਕੀ, ਆਪਣੇ ਹੱਕ ਅਸੀਂ ਲੈ ਕੇ ਜਾਵਾਂਗੇ। ਸਰਕਾਰੇ ਤੂੰ ਸਾਜਿਸ਼ ਕੀਤੀ, ਇਹ ਹੈ ਗੁਰੂਆਂ ਪੀਰਾਂ ਦੀ ਧਰਤੀ, ਅਸੀਂ ਤੇ ਜਾਨ ਤਲੀ ਤੇ ਧਰਤੀ, ਹੁਣ ਤੈਨੂੰ ਸਬਕ ਸਿਖਾਵਾਂਗੇ, ਬਸ ਕੁਝ ਹੁਣ ਹੋਰ ਪਲ ਨੇ ਬਾਕੀ, ਹੱਕ ਆਪਣੇ ਅਸੀਂ ਲੈ ਕੇ ਜਾਵਾਂਗੇ। ਸਾਡੇ ਵਿੱਚ ਹੈ ਬੜਾ ਜਨੂੰਨ, ਸਾਡੇ ਵਿੱਚ ਹੈ ਬੜਾ ਜਨੂੰਨ, ਜਿਹੜੇ ਤੂੰ ਬਣਾਏ ਕਾਲੇ ਕਾਨੂੰਨ, ਸਾਨੂੰ ਤਾਂ ਉਦੋਂ ਹੀ ਮਿਲੂ ਸਕੂਨ ਜਦੋਂ ਇਹਨੂੰ ਰੱਦ ਕਰਾਵਾਂਗੇ, ਹੁਣ ਬਸ ਕੁਝ ਹੋਰ ਪਲ ਨੇ ਬਾਕੀ, ਆਪਣੇ ਹੱਕ ਅਸੀਂ ਲੈ ਕੇ ਜਾਵਾਂਗੇ। ਰਾਜੂ ਕਹੇ ਮੇਰੇ ਕਿਸਾਨ ਵੀਰੋ, ਰਾਜੂ ਕਹੇ ਮੇਰੇ ਕਿਸਾਨ ਵੀਰੋ, ਤੁਸੀਂ ਹੋ ਦੇਸ਼ ਦੇ ਅਸਲੀ ਹੀਰੋ, ਦਿਲ ਦੇ ਹੋ ਤੁਸੀਂ ਬੜੇ ਅਮੀਰ, ਸਿਰ 'ਤੇ ਤਾਜ ਸਜਾਵਾਂਗੇ, ਬਸ ਹੁਣ ਕੁਝ ਹੋਰ ਪਲ ਨੇ ਬਾਕੀ, ਆਪਣੇ ਹੱਕ ਅਸੀਂ ਲੈ ਕੇ ਜਾਵਾਂਗੇ। ਮੈਂ ਸਿੱਖ ਆਪਣੇ ਸਾਬਤ ਸੂਰਤ ਫਿਲਮ ਵਲਸ ਵੱਲੋਂ ਸਭ ਦਾ, ਕਿਸਾਨ ਵੀਰਾਂ ਦਾ ਧੰਨਵਾਦ ਕਰਦਾ ਸਰਦਾਰ ਸਾਹਿਬ ਜੀ ਨੂੰ। ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿੱਲਾ ਭਾਅ ਜੀ ਦੀ ਸਰਪ੍ਰਸਤੀ ਹੇਠ ਆਏ ਸਾਬਤ ਸੂਰਤ ਸਿਨੇਮਾ ਵਰਲਡ ਵਾਲੇ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਹ ਹਮਾਇਤ ਪੱਤਰ ਜਿਹੜਾ ਇਹ ਦਿੱਤਾ ਸਾਨੂੰ, ਅਤੇ ਔਰ ਇੱਕ ਬਹੁਤ ਵੱਡਾ ਹੋਰ ਉਪਰਾਲਾ ਜਿਹੜਾ ਇਹਨਾਂ ਨੇ ਕੀਤਾ ਸੇਵਾ ਦਾ ਕਿ ਸਾਰੇ ਇਸ ਮੋਰਚੇ ਦੇ ਵਿੱਚ ਇਹ ਗਰਮੀ ਦਾ ਸਮਾਂ ਵੇਖ ਕੇ, ਗਰਮੀ ਦੇ ਮੌਸਮ ਨੂੰ ਵੇਖ ਕੇ ਇਹ ਪੱਖੇ ਲਵਾਉਣ ਦਾ ਇਹਨਾਂ ਨੇ ਐਲਾਨ ਕੀਤਾ, ਅਸੀਂ ਉਹਦੇ ਵਾਸਤੇ ਵੀ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਮੈਂ ਸਟੇਜ ਤੋਂ ਵੀ ਕਹਿ ਕੇ ਆਇਆ, ਬਹੁਤ ਵੱਡੀ ਸੇਵਾ ਇਹਨਾਂ ਨੇ ਲਈ ਹੈ, ਅਤੇ ਇਹ ਸਾਨੂੰ ਸ਼ਬਦ ਨਹੀਂ ਉਹ ਲੱਭਦੇ ਜਿਨ੍ਹਾਂ ਨਾਲ ਅਸੀਂ ਇਸ ਸਾਬਰ ਸੂਰਤ ਸਿਨੇਮਾ ਵਰਲਡ ਦਾ ਧੰਨਵਾਦ ਕਰ ਸਕੀਏ। ਅਸੀਂ ਬਿੱਲਾ ਭਾਅ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਜਿਨ੍ਹਾਂ ਨੇ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਆ ਕੇ ਇਹਨੂੰ ਹਮਾਇਤ ਕੀਤੀ ਹੈ, ਅਤੇ ਬਹੁਤ ਵੱਡੇ ਪੱਧਰ 'ਤੇ ਤੁਹਾਡੀ ਹਮਾਇਤ ਆ, ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹੋਏ ਸੰਯੁਕਤ ਕਿਸਾਨ ਮੋਰਚੇ ਵੱਲੋਂ ਹੁਣ ਇਹਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ, ਤਕਲੀਫ ਵੀ ਬੜੀ ਝੱਲੀ ਹੈ ਭਾਅ ਜੀ, ਕਹਿਣ ਡਿਆ ਸੀ ਵੀ ਭੁੱਖ ਵੀ ਬੜੀ ਲੱਗੀ ਆ, ਇਹ ਸਵੇਰ ਦੇ ਚੱਲੇ ਆਉਣਾ ਪੈਣਾ ਨੂੰ ਲੰਗਰ ਪਾਣੀ ਚੁਕਾਉਣਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ ਸਾਰੀਆਂ ਸੰਗਤਾਂ ਦਾ। ਜੇ ਕਿਤੇ ਕੋਈ ਵੱਧ ਘੱਟ ਬੋਲਿਆ ਵਗੈਰਾ ਨਹੀਂ, ਜਾਣ ਸਮਝ ਕੇ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।